फार्म दे विच भी दो चार चीज़ां होर भी टैक्निकल पॉइंट भी है तुहानूं मैं दिखाऊंगा जी। सब तो पहला आ देखो आ पेन कढ़ी ते खुरनी बाहर आ गई भी जिनी घोड़े नूं देख के ते घोड़ी नूं आपस च मतलब जिहड़ी मेरी कैलकुलेशन दे अकॉर्डिंग मैं सोच सकदा वी यार घोड़े दे करैक्टरिस्टिक आ ने घोड़ी दे आ ने इहनां नूं मिला के आ हो सकदा। कहिंदे एके दे विच बरकत हुंदी आ, इह गल तुसीं बड़े वार सुनी होगी बजुर्गां तों, बड़े थावां ते पढ़ी होगी पर वेखी बहुत घट थावां ते होऊ। अज तुहानूं मैं एका भी दिखाऊंगा ते बरकत भी दिखाऊंगा। जिहड़ा वेखना हुंदा ते सुनना हुंदा इहदे च फर्क बड़ा हुंदा सजणों। अज मैं एक ऐसे परिवार कोले पहुंचिया जिन्हां दे एके दा करके, जिन्हां दी फैमिली एक होण दा करके, जिन्हां दे घरे मालक ने बरकतां ही बरकतां दित्तियां। मेरे नाल भाई राजदीप होऊगा, तुहानूं सारी गलबात भाई राजबीत राजदीप दसूगा कि किवें ये बरकतां आईयां किवें। उन्हां दे फादर साहब आ मेरे नाल भाई राजदीप दे, दोने देखण नूं भरा लगणगे, वैसे बाप बेटे आ। ये भी एक मालक की रहमत कह सकते हैं आपां। भाई सत श्री अकाल। सत श्री अकाल भाई। सत श्री अकाल। सत श्री अकाल। एक तां पहला मैनूं सारिआं नूं पहला नाम रखिया अपने बुजुर्गां दे नां तों, जिवें मेरे पड़दादा जी दा नाम है सरदार वस्ता सिंह जी, ते डबल्यू उहनां दे नाम तों आया जी, ते जे तों मेरे दादा जी दा नाम है जी सरदार जगीर सिंह, ते उहनां दोनां दे नाम नूं इकट्ठा करके असीं रखिया सी जी। ਉਹਨਾਂ ਨੂੰ ਰੱਖਿਆ ਸੀਗਾ। ਹਾਂਜੀ। ਤੇ ਉਦੋਂ ਬਾਅਦ ਬਿਜ਼ਨਸ ਦੇ ਵਿੱਚ ਫਿਰ ਇਹ ਚੀਜ਼ ਆ ਗਈ ਕਿ ਜਿੱਥੇ ਵੀ ਭਾਜੀ ਜਿਹੜਾ ਵੀ ਆਪਣਾ ਕੰਮ ਹੈ ਉਹ ਉਹਨਾਂ ਦੇ ਨਾਮ ਤੋਂ ਹੀ ਸ਼ੁਰੂ ਹੁੰਦਾ। ਬਿਜ਼ਨਸ ਤੇ ਵੀ ਮਾਰਕਾ ਇਹੀ ਹੈ। ਹਾਂਜੀ, ਸਾਰੇ ਪਾਸੇ ਮਾਰਕਾ ਇਹੀ ਹੈ ਜੀ, ਕੰਮ ਤੇ ਵੀ ਮਾਰਕਾ ਇਹੀ ਹੈ ਤੇ ਫਾਰਮ ਤੇ ਵੀ ਮਾਰਕਾ ਇਹੀ ਜੀ। ਤੇ ਮੈਨੂੰ ਇੱਕ ਇੱਕ ਚੀਜ਼ ਸੁਣਨ ਵਾਲਿਆਂ ਲਈ ਦੱਸ ਦਿਓ ਜ਼ਰੂਰ ਕਿ ਆਪਣੀ ਫੈਮਿਲੀ ਕਿੰਨੀ ਇਕੱਠੀ ਆ, ਪਰਿਵਾਰ ਕਿੰਨਾ ਇਕੱਠਾ। ਸਾਡੀ ਫੈਮਿਲੀ ਤਕਰੀਬਨ ਸਾਰੀ ਇਕੱਠੀ ਹੈ ਜੀ, ਅਸੀਂ ਜਿੰਨੇ ਵੀ ਪਰਿਵਾਰ ਦੇ ਮੈਂਬਰ ਹਾਂ ਸਾਰੇ ਇੱਥੇ ਰਹਿੰਦੇ ਹਾਂ। ਜਿਹੜੀਆਂ ਮੇਰੀਆਂ ਭੂਆ ਨੇ ਜਿੰਨੀਆਂ ਵੀ, ਉਹ ਦੋ ਤਾਂ ਬਾਹਰ ਨੇ ਜੀ, ਅਤੇ ਜਿਹੜੀਆਂ ਇੱਥੇ ਨੇ ਜੀ ਉਹ ਸਾਰੀਆਂ ਦਾ ਘਰ ਵੀ ਨਾਲ ਹੀ ਹੈ ਜੀ, ਅਤੇ ਅਸੀਂ ਸਾਰੇ ਇਕੱਠੇ ਰਹਿੰਦੇ ਹਾਂ ਜੀ। ਦੋ ਭੂਆ? ਹਾਂ, ਦੋ ਭੂਆ ਬਾਹਰ ਰਹਿੰਦੇ ਨੇ ਜੀ, ਤਿੰਨ ਇੱਥੇ ਨੇ, ਤਿੰਨ ਇੱਥੇ ਨੇ, ਤਿੰਨ ਅਤੇ ਪਾਪਾ ਹੁਣੀ ਦੋ ਭਰਾ ਨੇ ਜੀ, ਅਤੇ ਉਹ ਵੀ ਅਸੀਂ ਇੱਕੋ ਘਰ 'ਚ ਰਹਿੰਦੇ ਹਾਂ। ਇੱਕੋ ਘਰ ਦੇ ਵਿੱਚ ਇੰਨੀ ਫੈਮਿਲੀ ਰਹਿੰਦੀ ਆ ਅਤੇ ਸਾਰੇ ਇਕੱਠੇ ਆ, ਸਾਰਾ ਐਨ ਆਨੰਦ ਨਾਲ ਕੰਮ ਕਰ ਰਿਹਾ ਅਤੇ ਬਹੁਤ ਜ਼ਿੰਦਗੀ ਸੌਖੀ ਆ, ਸਕੂਨ ਆ। ਆਹ ਜਿਹੜੀਆਂ ਬਰਕਤਾਂ ਤੁਹਾਨੂੰ, ਘੋੜਾ ਘੋੜਾ ਇੱਕ ਬਰਕਤ ਹੈ ਜੀ, ਅਤੇ ਮੈਨੂੰ ਐਂ ਲੱਗਦਾ ਕਿ ਇਹ ਏਕੇ ਵਾਲੇ ਥਾਂ ਪਰਮਾਤਮਾ ਦਿੰਦਾ ਜੀ। ਮੈਂ ਘੋੜਿਆਂ ਦੀਆਂ ਬਹੁਤ ਸੋਹਣੀਆਂ ਸਟੋਰੀਆਂ ਜੀ ਰਾਜਦੀਪ ਕਰ ਚੁੱਕਿਆ ਜੀ, ਅਤੇ ਮੈਂ ਹੈਰਾਨ ਹਾਂ ਕਿ ਜਿੱਥੇ ਵੀ ਮੈਂ ਸਟੋਰੀ ਕਰਨ ਜਾਂਦਾ ਜੀ ਉਹ ਪਰਿਵਾਰ ਸਾਂਝਾ ਹੀ ਹੁੰਦਾ ਤਕਰੀਬਨ ਜੀ। ਵੀ ਮੈਨੂੰ ਤਾਂ ਐਂ ਲੱਗਣ ਲੱਗ ਗਿਆ, ਮਹਿਸੂਸ ਹੋਣ ਲੱਗ ਗਿਆ ਕਿ ਪਰਮਾਤਮਾ ਦਿੰਦਾ ਹੀ ਸਾਂਝੇ ਕਰਾਂ ਚਾਹੇ ਜੀ। ਬਿਲਕੁਲ, ਮੈਨੂੰ ਤਾਂ ਐਵੇਂ ਮਹਿਸੂਸ ਹੋਣ ਲੱਗ ਗਿਆ ਹੁਣ ਵੀ ਪਰਮਾਤਮਾ ਇਹਨੂੰ ਬਰਕਤ ਦੀ ਨਿਸ਼ਾਨੀ ਤੌਰ 'ਤੇ ਵੀ ਬੰਦੇ ਨੂੰ ਦੇ ਦਿੰਦਾ ਜੀ, ਅਤੇ ਤੁਹਾਨੂੰ ਵੀ ਸ਼ਾਇਦ ਪਰਮਾਤਮਾ ਨੇ ਇਹ ਬਰਕਤ ਦੀ ਨਿਸ਼ਾਨੀ ਤੌਰ 'ਤੇ। ਬਿਲਕੁਲ, ਹੈ ਨਾ ਬਾਈ ਜੀ। ਅਤੇ ਬਾਈ ਇਹ ਤਾਂ ਹੋ ਗਈ ਤੁਹਾਡੇ ਪਰਿਵਾਰ ਦੀ ਜੀ, ਹੈ ਨਾ, ਅਤੇ ਤੁਸੀਂ ਮੈਨੂੰ ਪਤਾ ਲੱਗਿਆ ਸੀ ਤੁਸੀਂ ਇੰਗਲੈਂਡ ਦੇ ਜੰਪਲ। ਹਾਂਜੀ, ਮੇਰਾ ਜਨਮ ਉੱਥੋਂ ਦਾ ਹੈ। ਜਨਮ ਉੱਥੋਂ ਦਾ ਜੀ। ਤੇ ਰੈੱਡ ਪਾਸਪੋਰਟ ਹੈ? ਹਾਂਜੀ, ਰੈੱਡ ਆ ਜੀ। ਤੇ ਰੈੱਡ ਪਾਸਪੋਰਟ ਵਾਸਤੇ ਤਾਂ ਲੋਕ ਟਰਾਲੀਆਂ ਰੁਪਈਆਂ ਦੀਆਂ ਚੱਕੀ ਫਿਰਦੇ, ਤੁਸੀਂ ਛੱਡ ਕੇ ਆ ਗਏ ਇੱਧਰ? ਹਾਂਜੀ, ਕਾਹਤੋਂ? ਇਹ ਸ਼ੁਰੂ ਤੋਂ ਜੀ ਮੈਂ ਬਹੁਤ ਛੋਟੀ ਉਮਰ 'ਚ ਸੀਗੇ ਜਦੋਂ ਮੈਂ ਇੱਥੇ ਆ ਗਿਆ ਸੀ, ਅਤੇ ਉਸ ਤੋਂ ਬਾਅਦ ਮੇਰੀ ਪੜ੍ਹਾਈ ਇੱਥੋਂ ਹੀ ਹੋਈ ਹੈ ਜੀ। ਅਤੇ ਉਸ ਤੋਂ ਬਾਅਦ ਇਹ ਵੀ ਵਿੱਚ ਸਾਲ ਦੇ ਵਿੱਚ ਇੱਕ ਦੋ ਵਾਰੀ ਕਦੇ ਘੁੰਮਣ ਚਲੇ ਜਾਈਦਾ ਜੀ। ਉੱਦਾਂ ਮੈਂ ਮਤਲਬ ਮੈਂ ਪੜ੍ਹਦਾ ਵੀ ਇੱਥੇ ਹੀ ਹਾਂ ਜੀ, ਅਤੇ ਘਰ ਤਾਂ ਆਪਣੇ ਇੱਥੇ ਹੈ ਹੀ ਹੈ ਜੀ, ਅਤੇ ਇਹ ਵੀ ਹੁਣ ਉੱਥੇ ਜਾਣ ਨੂੰ ਕਦੇ ਜੀ ਨਹੀਂ ਕਰਦਾ ਜੀ। ਇੱਥੇ ਆਪਣਾ ਵਧੀਆ ਦਿਲ ਲੱਗਾ ਜੀ, ਅਤੇ ਕੰਮ ਕਾਰ ਵੀ ਸਾਰਾ ਇੱਥੇ ਹੀ ਹੈ ਜੀ। ਕਰਦੇ ਕਰਦੇ ਮਤਲਬ ਹੁਣ ਪੜ੍ਹ ਕੇ ਰਹੇ? ਮੇਰੀ ਹੁਣ ਲਾਅ ਦੀ ਸਟੱਡੀ ਚੱਲ ਰਹੀ ਹੈ ਜੀ, ਮੈਂ ਹੁਣ ਲਾਸਟ ਈਅਰ ਸਟੂਡੈਂਟ ਹਾਂ ਜੀ, ਫਾਈਨਲ ਈਅਰ BA LLB ਜੀ। ਬਣਨ ਦਾ ਕੀ ਇਰਾਦਾ, ਮਤਲਬ ਵਕੀਲ ਹੀ ਬਣਨਾ, ਜੱਜ ਬਣਨਾ? ਨਹੀਂ, ਜੁਡੀਸ਼ਰੀ ਕਰਨੀ ਹੈ ਜੀ, ਜੱਜ ਬਣਨਾ ਹੈ ਜੀ। ਜੱਜ ਬਣਨਾ ਜੀ, ਬਾਕੀ ਜੋ ਮਾਲਕ ਨੂੰ ਮਨਜ਼ੂਰ ਹੈ ਜੀ, ਬਾਕੀ ਆਪਣਾ ਪਲਾਨ ਇਹੀ ਹੈ ਜੀ ਜੀ। ਅਤੇ ਆਹ ਜਿਹੜਾ ਫਾਰਮ ਐਡਾ ਸੋਹਣਾ ਬਣਾਇਆ ਜੀ, ਇਹਦੇ ਪਿੱਛੇ ਆਈਡੀਆ ਕਿਹਦਾ, ਮਤਲਬ ਕੌਣ ਆ ਜਿਹਨੇ ਇਹਨੂੰ ਡਿਜ਼ਾਈਨ ਕੀਤਾ, ਜਿਹਦੇ ਦਿਮਾਗ ਦੇ ਵਿੱਚ ਇਹ ਪਹਿਲਾਂ ਬਣਿਆ ਜੀ? ਕੌਣ ਸੀ ਬੰਦਾ? ਉਹ ਪਾਪਾ ਨੇ ਜੀ, ਬਾਕੀ ਇਹ ਵੀ ਆਈਡੀਆ ਸਾਡੇ ਘਰ ਦੇ ਮੁੱਢ ਸਾਡੇ ਵੱਡੇ ਪਾਪਾ ਨੇ ਜੀ ਜੀ, ਮਤਲਬ ਪਿੱਛੇ ਬੈਕਬੋਨ ਸਾਡੇ ਹਰੇਕ ਕੰਮ ਦੀ ਉਹੀ ਨੇ, ਸ਼ੁਰੂਆਤ ਉੱਥੋਂ ਹੁੰਦੀ ਹੈ ਜੀ। ਅਤੇ ਇਹ ਵੀ ਉਸ ਆਈਡੀਆ ਨੂੰ ਡਿਜ਼ਾਈਨ ਦਾ ਰੂਪ ਪਾਪਾ ਨੇ ਦਿੱਤਾ ਸੀ ਜੀ, ਅਤੇ ਇਹਦੇ 'ਚ ਕੋਈ ਆਰਕੀਟੈਕਟ ਨਹੀਂ ਸੀ ਬੁਲਾਇਆ ਜੀ, ਕੋਈ ਕਿਸੇ ਨੂੰ ਸਲਾਹ ਨਹੀਂ ਸੀ ਲਈ ਜੀ, ਇਹ ਸਾਰਾ ਟੋਟਲ ਅਤੇ ਟੋਟਲ ਡਿਜ਼ਾਈਨ ਅਤੇ ਆਈਡੀਆ ਪਾਪਾ ਦੇ ਜੀ। ਮੈਂ ਜਦੋਂ ਤੋਂ ਉੱਥੇ ਰੋਟੀ ਖਾਂਦੇ ਸੀ, ਮੈਂ ਪੁੱਛਿਆ ਕਿ ਤੁਹਾਡੇ ਰੇਲ ਗੱਡੀ ਦਾ ਇੱਡੀ ਵੱਡੀ ਦਾ ਇੰਜਨ ਕੌਣ ਆ ਜੀ,
ਤੇ ਇੰਜਣ ਕੌਣ ਆ ਮੈਂ ਤੁਹਾਨੂੰ ਪੁੱਛ ਰਿਹਾ ਸੀ ਉਦੋਂ ਸਰਦਾਰ ਸਾਹਿਬ ਬੋਲ ਪਏ ਕਹਿੰਦੇ ਸਾਡਾ ਬਾਪੂ ਇੰਜਣ ਆ ਭਾਈ ਬਿਲਕੁਲ ਹਾਂ ਜਿਹਨਾਂ ਦੇ ਬਾਪੂ ਇੰਜਣ ਹੁੰਦੇ ਆ ਉਹ ਗੱਡੀਆਂ ਬਹੁਤ ਭੱਜਦੀਆਂ ਹਨਾ ਬਾਈ ਤੇ ਮੈਂ ਨਾ ਦਰਸ਼ਕਾਂ ਨੂੰ ਦਿਖਾ ਦਿਆਂ ਕਿ ਕਿਵੇਂ ਡਿਜ਼ਾਈਨ ਕਿਵੇਂ ਕੀਤਾ ਆ ਜੋ ਤੁਹਾਨੂੰ ਬਾਹਰਲੇ ਪਾਸੇ ਦਿਖਾ ਚੁੱਕਿਆ ਹਾਂ ਦੇਖੋ ਜੋ ਦਿਖ ਰਿਹਾ ਉਹ ਤਾਂ ਦਿਖ ਰਿਹਾ ਇਹਦੇ ਵਿੱਚ ਫਾਰਮ ਦੇ ਵਿੱਚ ਵੀ ਦੋ ਚਾਰ ਚੀਜ਼ਾਂ ਹੋਰ ਵੀ ਟੈਕਨੀਕਲ ਪੁਆਇੰਟ ਵੀ ਆ ਤੁਹਾਨੂੰ ਮੈਂ ਦਿਖਾਊਂਗਾ ਜੀ ਸਭ ਤੋਂ ਪਹਿਲਾਂ ਆਹ ਦੇਖੋ ਆਹ ਪੈਨ ਕੱਢੀ ਅਤੇ ਖੁਰਨੀ ਬਾਹਰ ਆ ਗਈ ਠੀਕ ਹੈ ਜੀ ਇਹਦੇ ਵਿੱਚ ਪੱਠੇ ਪਾਏ ਦਾਣਾ ਪਾਇਆ ਚੈੱਕ ਕੀਤੀ ਸਾਫ਼ ਕੀਤੀ ਮੰਨ ਕੇ ਚਲੋ ਤੁਹਾਡਾ ਨੌਕਰ ਘੋੜੀ ਤੋਂ ਡਰਦਾ ਹੈ ਉਹਨੂੰ ਲੱਗਦਾ ਕਿ ਮੈਨੂੰ ਵੱਢ ਨਾ ਲਵੇ ਨਵਾਂ ਲੱਗਿਆ ਤਾਂ ਉਹਦੇ ਲਈ ਇਹ ਸਿਖਾਲਾ ਹੈ ਕਿ ਇੱਧਰ ਤੁਹਾਡੇ ਘਰ ਦੇ ਬੁੜੀਆਂ ਵੀ ਆ ਕੇ ਕਰ ਸਕਦੀਆਂ ਇਹ ਬੜਾ ਸਿਖਾਲਾ ਕੰਮ ਕੀਤਾ ਕਈ ਵਾਰੀ ਘੋੜੇ ਦਾ ਮੂਡ ਨਹੀਂ ਹੁੰਦਾ ਕਿ ਉਹਦੇ ਕੋਲ ਕੋਈ ਅੰਦਰ ਜਾਵੇ ਜਾਂ ਘੋੜਾ ਉਸ ਤਰ੍ਹਾਂ ਦਾ ਹੁੰਦਾ ਇੱਧਰਲੇ ਪਾਸੇ ਪਾਣੀ ਤੁਸੀਂ ਪੈਨ ਕੱਢਿਆ ਤੇ ਪਾਣੀ ਬਾਲਟੀਆਂ ਵਿੱਚ ਫਿਕਸ ਕੀਤੀ ਹੋਈ ਨੇ ਬਾਹਰੋਂ ਪਾਣੀ ਲਿਆ ਕੇ ਜੀ ਵਿੱਚ ਇਹਦੇ ਤਾਜ਼ਾ ਪਾਣੀ ਪਾ ਦਈਦਾ ਜੀ ਠੀਕ ਹੈ ਜੀ ਅਤੇ ਇਹ ਕਰਤਾ ਇੱਕ ਤੁਹਾਨੂੰ ਟੈਕਨੀਕਲ ਪੁਆਇੰਟ ਹੋਰ ਵੀ ਤੁਹਾਨੂੰ ਦੱਸੂਗਾ ਉਹ ਬਹੁਤ ਕਮਾਲ ਆ ਉਸ ਤੋਂ ਵੀ ਕਮਾਲ ਆ ਜੀ ਕਿ ਬੰਦਿਆਂ ਨੇ ਫਾਰਮ ਪਾਇਆ ਅਤੇ ਉਹਨਾਂ ਦੇ ਦਿਮਾਗ 'ਚ ਕੀ ਕੁਛ ਚੱਲ ਰਿਹਾ ਸੀ ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਿਓ ਆਹ ਪੈਨ ਪੈ ਗਈ ਆ ਹਾਂਜੀ ਇਹ ਪੈਨ ਫਿਰ ਲਗਾਤਾਰ ਘੋੜਾ ਮੂੰਹ ਮਾਰੇ ਤਾਂ ਟੇਢਾ ਨਾ ਹੋਵੇ ਇਸ ਕਰਕੇ ਪੈਨ ਪੈਂਦੀ ਕਰਦੀ ਆ ਇਸ ਫਾਰਮ 'ਤੇ ਇੱਧਰਲੇ ਪਾਸੇ ਕਾਲਾ ਰੰਗ ਕੀਤਾ ਗਿਆ ਗ੍ਰੇ ਕਲਰ ਕੀਤਾ ਗਿਆ ਇੱਧਰਲੇ ਪਾਸੇ ਚਿੱਟਾ ਰੰਗ ਕੀਤਾ ਗਿਆ ਬਾਈ ਇਹ ਰੰਗ ਦੋ ਇੱਕ ਕਿਉਂਕਿ ਡਿਜ਼ਾਇਨ ਸਿਮਿਟਰੀ ਤਾਂ ਬਣ ਸਕਦੀ ਸੀ ਇੱਕੋ ਜਿਹਾ ਰੰਗ ਹੁੰਦਾ ਜੀ ਦੋ ਕਾਹਤੋਂ ਕੀਤੇ ਇਹ ਇਹਦੇ ਪਿੱਛੇ ਵੀ ਡਿਜ਼ਾਇਨ ਪਾਪਾ ਦਾ ਹੀ ਹੈ ਜੀ ਇਹਨਾਂ ਦਾ ਹੀ ਆਈਡੀਆ ਸੀਗਾ ਕਿ ਜਿਵੇਂ ਹੁਣ ਨੁਕਰਿਆ ਜੀ ਇਹਨਾਂ ਦਾ ਜਿਵੇਂ ਰੰਗ ਚਿੱਟਾ ਹੈ ਜੀ ਤੇ ਵੀ ਵਾਈਟ ਕਲਰ ਦਾ ਜਾਨਵਰ ਦੇ ਜਦੋਂ ਪਿੱਛੇ ਵੀ ਵਾਈਟ ਕਲਰ ਹੋਏਗਾ ਉਹ ਥੋੜਾ ਕਲਰ ਉਹਦਾ ਮਤਲਬ ਯੈਲੋਇਸ਼ ਜਿਹਾ ਲੱਗਦਾ ਤੇ ਉਹਦੇ ਨਾਲ ਇਹ ਸੀਗਾ ਵੀ ਇੱਧਰ ਜੇ ਡਾਰਕ ਕਲਰ ਹੋਏਗਾ ਤੇ ਅੱਗੇ ਵਾਈਟ ਕਲਰ ਜ਼ਿਆਦਾ ਉੱਠ ਕੇ ਬਾਹਰ ਆਉਂਦਾ ਜੀ ਚੰਗੀ ਤਰ੍ਹਾਂ ਡਿਟੇਲ ਪਤਾ ਲੱਗਦੀ ਹੈ ਜੀ ਤੇ ਉੱਦਾਂ ਹੀ ਮਾਰਵਾੜੀ ਦਾ ਜਿਵੇਂ ਰੰਗ ਹੁੰਦਾ ਜੀ ਬਲੈਕ ਜਾਂ ਆਪਾਂ ਕਮੈਤ ਕਹਿ ਲਈਏ ਲਾਲ ਰੰਗ ਹੁੰਦਾ ਤਾਂ ਉਹ ਵੀ ਉਹ ਵਾਈਟ ਦੇ ਅੱਗੇ ਉਹ ਜ਼ਿਆਦਾ ਸ਼ਾਈਨ ਕਰੇਗਾ ਜੀ ਜੀ ਉਹ ਇੱਧਰਲੇ ਪਾਸੇ ਸ਼ਾਈਨ ਕਰੂਗਾ ਤੇ ਉਹਦੇ ਲਈ ਵਾਈਟ ਕਰਤਾ ਜੀ ਵੀ ਦੇਖੋ ਤੁਸੀਂ ਗੱਲ ਇਹ ਆ ਵੀ ਕਿਉਂਕਿ ਯਾਰ ਆਪਾਂ ਘੋੜੇ ਆਪਦੀਆਂ ਅੱਖਾਂ ਨੂੰ ਚੰਗੇ ਲੱਗਣ ਵਾਸਤੇ ਲੈਣੇ ਹੁੰਦੇ ਆ ਜੀ ਤਾਂ ਜੇ ਤੁਹਾਡਾ ਘੋੜਾ ਤੁਹਾਡੇ ਫਾਰਮ 'ਚ ਖੜਾ ਤੁਹਾਨੂੰ ਦਿਸ ਹੀ ਨਹੀਂ ਰਿਹਾ ਜੀ ਹਨਾ ਜੀ ਤਾਂ ਉਹ ਚੀਜ਼ ਵੀ ਜੀ ਮਤਲਬ ਇਕੱਲੇ ਇਕੱਲੇ ਕਮਰੇ ਦੇ ਵਿੱਚ ਨਾ ਵੀ ਤੁਸੀਂ ਉੱਪਰ ਦੇਖੋ ਇੱਕ ਟਰੈਕ ਲਾਈਟ ਫੋਕਸ ਲਾਈਟ ਲੱਗੀ ਹੋਈ ਹੈ ਜੀ ਆਹ ਵਾਲੀ ਜੀ ਇਹ ਸਿੱਧਾ ਸੈਂਟਰ ਦੇ ਵਿੱਚ ਫੋਕਸ ਪੈਂਦਾ ਜਦੋਂ ਜਾਨਵਰ ਇਹਦੇ ਥੱਲੇ ਖੜਦਾ ਹੈ ਜੀ ਤਾਂ ਜਿਵੇਂ ਉੱਪਰ ਸਪੋਟ ਲਾਈਟ ਆਉਂਦੀ ਹੈ ਜੀ ਸਪੋਟ ਲਾਈਟ ਵਾਂਗੂ ਉੱਪਰ ਲਾਈਟ ਪੈਂਦੀ ਹੈ ਜੀ ਇਹ 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 ਲਾਈਟ ਦਾ ਆਈਡੀਆ ਕੀਦਾ ਸੀ ਇਹ ਵੀ ਸਾਰਾ ਡਿਜ਼ਾਈਨ ਪਾਪਾ ਦਾ ਹੀ ਹੈ ਜੀ ਜਿਹੜਾ ਤੁਸੀਂ ਮਤਲਬ ਤੁਸੀਂ ਉਹ ਕੋਠੀਆਂ ਪਾ ਕੇ ਦਿੰਨੇ ਆ ਲੋਕਾਂ ਨੂੰ ਘਰ ਪਾ ਕੇ ਦਿੰਨੇ ਆ ਉਹ ਸਾਰਾ ਤਜਰਬਾ ਇੱਥੇ ਝੋਕ ਦਾ ਹਾਂਜੀ ਹਾਂਜੀ ਬਿਲਕੁਲ ਭਾਈ ਉਹਨੂੰ ਪੂਰੇ ਨੂੰ ਪੂਰੇ ਕਈ ਸਾਲ ਹੋ ਗਏ ਕਰਦੇ ਆ ਡਿਜ਼ਾਈਨਿੰਗ ਜੀ ਵਗੈਰਾ ਦਾ ਕੰਮ ਕਰਦੇ ਆ ਜੀ ਵੀ ਆਪਾਂ ਇਹ ਕਹਿ ਸਕਦੇ ਵੀ ਉਹ ਸਾਰੇ ਦਾ ਨਿਚੋੜ ਤੁਸੀਂ ਇੱਥੇ ਹਾਂਜੀ ਹਾਂਜੀ ਫਾਰਮ ਦੇ ਵਿੱਚ ਪੇਸ਼ ਕਰਤਾ ਉਹ ਮਗਰਲੇ ਪਾਸੇ ਅਲਮਾਰੀ ਬਣਾਤੀ ਆ ਹਾਂਜੀ ਤੇ ਉਹ ਬਣਾਤੀ ਆ ਵੀ ਜਿਹਦੇ ਵਿੱਚ ਤੁਸੀਂ ਸਾਰਾ ਮੈਡੀਸਨ ਪਈ ਆ ਤੇ ਇੱਧਰਲੇ ਪਾਸੇ ਘੋੜਿਆਂ ਦੇ ਤਲਿਆਰੇ ਵਗੈਰਾ ਪਏ ਆ ਜੇ ਮੈਂ ਕਹਿ ਦਿਆਂ ਦਰਸ਼ਕਾਂ ਨੂੰ ਇੱਕ ਗੱਲ ਦੱਸ ਦਿਆਂ ਨਾ ਕਮਾਲ ਦੀ ਕਿ ਜੇ ਤੁਸੀਂ ਕਹੋਗੇ ਕਿ ਮੈਨੇਜਮੈਂਟ ਕਮਾਲ ਦੀ ਹੋਈ ਹੈ ਜੇ ਤੁਸੀਂ ਕਹੋਗੇ ਖਰਚਾ ਬਹੁਤ ਜ਼ਿਆਦਾ ਨਹੀਂ ਹੋਇਆ ਜੀ ਵੀ ਜੇ ਤੁਸੀਂ ਕਹੋ ਮੈਂ ਕਹਾਂ ਕਿ ਇਹ ਬਹੁਤ ਮਹਿੰਗਾ ਫਾਰਮ ਆ ਮਹਿੰਗਾ ਨਹੀਂ ਪਰ ਬਹੁਤ ਸਚਿਆਰਾ ਜੀ ਕੰਮ ਕੀਤਾ ਹੋਇਆ ਸਚਿਆਰਾ ਪਾਉਣਾ ਸਚੱਜਾ ਪਾਉਣਾ ਜੀ ਇੱਕ ਚੀਜ਼ ਨੂੰ ਪੇਸ਼ ਕਰਨ ਦਾ ਤਰੀਕਾ ਹੈ ਕਿ ਭਾਈ ਜਦੋਂ ਅੱਖਾਂ ਨੂੰ ਸੋਹਣੀ ਲੱਗੇ ਇੱਥੇ ਤੁਸੀਂ ਫਾਰਮ ਦੇ ਵਿੱਚ ਜੇ ਗੇੜਾ ਦਿਓ ਤੁਸੀਂ ਕੈਮਰੇ 'ਤੇ ਸਾਰਾ ਕੁਛ ਦੇਖ ਰਹੇ ਹਾਂ ਤਾਂ ਤੁਹਾਨੂੰ ਬਿਲਕੁਲ ਜਿਸ ਤਰ੍ਹਾਂ ਦੇ ਇੱਥੇ ਬਰਾਂਡੇ 'ਚ ਮੰਜਾੜਾ ਕੇ ਬੰਦਾ ਪੈ ਜੂਗਾ ਹਾਂਜੀ ਅਤੇ ਉਹਨੂੰ ਐਵੇਂ ਨਹੀਂ ਲੱਗੂਗਾ ਕਿ ਮੈਂ ਪਸ਼ੂਆਂ ਵਾਲੇ 'ਚ ਪਿਆ ਹਾਂਜੀ ਹਨਾ ਬਿਲਕੁਲ ਤੇ ਫਿਰ ਘੋੜੇ ਕਿਵੇਂ ਲਿਆਂਦੇ ਘੋੜੇ ਕਿਹੜਾ ਜਾਨਵਰ ਪਹਿਲਾਂ ਆਇਆ ਫਾਰਮ 'ਤੇ ਸਾਰਿਆਂ ਨੂੰ ਆਪਣੀ ਸਭ ਤੋਂ ਪਹਿਲੀ ਉਹ ਸੀ ਜੀ ਨੁਕਰੀ ਘੋੜੀ ਜੀ ਇਹਦਾ ਇਹਦਾ ਨਾਂ ਇਹਦੀ ਸਾਹਿਬਾ ਜੀ ਤੇ ਇਹ ਲੋਕਡਾਊਨ ਦੇ ਵਿੱਚ ਜਨਵਰੀ 2021 ਦੇ ਵਿੱਚ ਅਸੀਂ ਮਾਘੀ ਦੇ ਮੇਲੇ ਤੋਂ ਲਿਆਂਦੀ ਸੀ ਅੱਛਾ ਆਹ ਹਾਂਜੀ ਇਹ ਸਾਡੇ ਘਰ ਦੀ ਪਹਿਲੀ ਘੋੜੀ ਹੈ ਜੀ ਪਹਿਲੀ ਘੋੜੀ ਹੈ ਹਾਂਜੀ ਤੇ ਇਹਨੇ ਆ ਕੇ ਪਹਿਲਾ ਬੱਚਾ ਦਿੱਤਾ ਹਾਂਜੀ ਇਹਨੇ ਆ ਕੇ ਪਹਿਲਾ ਬੱਚਾ ਦਿੱਤਾ ਸੀ ਹਾਂ ਤੇ ਉਹ ਸਾਰੀ ਗੱਲ ਵੀ ਨਹੀਂ ਰਿਹਾ ਹਾਂਜੀ ਉਹ 4 ਮਹੀਨੇ ਬਾਅਦ ਉਹਦੀ ਫਿਰ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਸੀ ਪਰ ਉਹਦਾ ਜ਼ਿਕਰ ਬਣਦਾ ਸੀ ਮੈਨੂੰ ਐਂ ਲੱਗਦਾ ਸੀਗਾ ਵੀ ਉਹਦਾ ਜ਼ਿਕਰ ਬਣਦਾ ਹਾਂਜੀ ਹਾਂਜੀ ਭਾਜੀ ਉਹ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਉਹ ਸਾਡੇ ਮੈਨੂੰ ਲੱਗਦਾ ਵੀ ਇਸ ਫਾਰਮ ਨੂੰ ਬਣਾਉਣ ਦੇ ਵਿੱਚ ਉਹਦਾ ਬਹੁਤ ਵੱਡਾ ਹੱਥ ਹੈ ਉਹ ਇੱਕ ਕੋਨਸਟੈਂਟ ਸੋਰਸ ਆਫ ਮੋਟੀਵੇਸ਼ਨ ਉਹ ਸਾਡੇ ਵਾਸਤੇ ਰਿਹਾ ਜੀ ਉਹਦੇ ਜਾਣ ਤੋਂ ਬਾਅਦ ਹੈ ਕਿ ਕਹਿ ਸਕਦੇ ਹਾਂ ਵੀ ਉਹਦੀ ਯਾਦ ਦੇ ਵਿੱਚ ਹੀ ਫਿਰ ਅਸੀਂ ਇਹ ਉਹਨੂੰ ਸਮਰਪਿਤ ਕੀਤਾ ਜੀ ਕਿਆ ਬਾਤ ਹੈ ਇਹ ਹੁੰਦਾ ਇਸ਼ਕ ਜੀ ਵਾਹ
ਹੁਣ ਕੀ ਤੋਂ ਗੱਬਣ ਕਰਾ ਲਈਏ ਇਹ ਹੁਣ ਪਹਿਲਵਾਨਾਂ ਵਾਲੇ ਦਿਲਸ਼ੇਰ ਕਾਕੀ ਤੋਂ ਹੈ ਜੀ 3 ਮਹੀਨਿਆਂ ਦੀ ਗੱਬਣ ਹੈ ਜੀ ਮੈਂ ਇੱਕ ਗੱਲ ਦੇਖੀ ਵੀ ਜਿਵੇਂ ਤੁਸੀਂ ਨਵੇਂ ਆਏ ਆ ਪਕੜ ਚੰਗੀ ਬਣਾ ਲਈ ਕੋਣ ਹੈ ਸਮਝਣ ਲੱਗ ਗਏ ਤੁਸੀਂ ਇਹ ਚੀਜ਼ ਨੂੰ ਬਰੀਡਿੰਗ ਨੂੰ ਜੀ ਜਿਹੜੀ ਮਾਲਕ ਦੀ ਕਿਰਪਾ ਵੀ ਕੁਛ ਕਹਿ ਸਕਦੇ ਹਾਂ ਜੀ ਚਲੋ ਉਹਨਾਂ ਨੇ ਜਿੱਥੇ ਗਏ ਆ ਜੀ ਸਹੀ ਗਾਈਡੈਂਸ ਹੀ ਮਿਲੀ ਹੈ ਜੀ ਅਤੇ ਹਜੇ ਤੱਕ ਮਾਲਕ ਦੀ ਕਿਰਪਾ ਨਾਲ ਸਹੀ ਉਹਦੇ 'ਤੇ ਹੀ ਪਾਥ 'ਤੇ ਹੀ ਚੱਲ ਰਹੇ ਹਾਂ ਜੀ ਮੈਂ ਇੱਕ ਗੱਲ ਦੇਖੀ ਹੈ ਵੀ ਰਾਜਦੀਪ ਸਹੀ ਗਾਈਡੈਂਸ ਕਿਸੇ ਦੀ ਗੱਲ 'ਚੋਂ ਫੜਨ ਨੂੰ ਕਹਿੰਦੇ ਆ ਕਿ ਤੁਸੀਂ ਕਿਸੇ ਦੀ ਗੱਲ 'ਚੋਂ ਫੜਦੇ ਕੀ ਹਾਂ ਜੀ ਨੈਗੇਟਿਵ ਫੜਦੇ ਆ ਪੋਜ਼ਿਟਿਵ ਫੜਦੇ ਜੀ ਹੈ ਨਾ ਵੀ ਮੈਨੂੰ ਐਵੇਂ ਲੱਗਦਾ ਕਿ ਇਹਦੇ ਪਿੱਛੇ ਤਾਂ ਮੈਨੂੰ ਐਂ ਲੱਗਦਾ ਕਿ ਤੇਰਾ ਦਿਮਾਗ ਜੀ ਕਹਿ ਸਕਦਾ ਜੀ ਵੀ ਇੱਕ ਸਟੂਡੈਂਟ ਕਲਾਸ 'ਚ ਪੜ੍ਹਦੇ ਹੁੰਦੇ ਆ ਕਈ ਨਲਾਇਕ ਵੀ ਹੁੰਦੇ ਆ ਕਈ ਹੁਸ਼ਿਆਰ ਵੀ ਹੁੰਦੇ ਆ ਹੈ ਨਾ ਪੜ੍ਹਾਉਂਦਾ ਤਾਂ ਉਹੀ ਟੀਚਰ ਹੁੰਦਾ ਜੀ 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 ਅਤੇ ਆਹ ਦੂਸਰੀ ਬੱਚੀ ਇਹ ਸਾਡੇ ਫਾਰਮ ਦੀ ਦੂਸਰੀ ਐਡੀਸ਼ਨ ਸੀਗੀ ਜੀ ਸਾਹਿਬਾਂ ਤੋਂ ਬਾਅਦ ਥੋੜ੍ਹੇ ਮਹੀਨਿਆਂ ਬਾਅਦ ਅਸੀਂ ਇਹਨੂੰ ਲੈ ਕੇ ਆਏ ਸੀ ਜੀ ਇਹਦਾ ਨਾਂ ਹੈ ਜੀ ਨੂਰੀ ਉਹ ਕਿਹਦੀ ਬੱਚੀ ਆ ਉਹ ਨੂਰੇ ਬਾਕਰਪੁਰ ਵਾਲੇ ਦੀ ਹੈ ਉਹ ਬਾਕਰਪੁਰ ਵਾਲੇ ਦੀ ਆ ਤੇ ਇਹ ਹੈਗੀ ਆ ਇਹ ਬੇਤਾਬ ਦੀ ਜੀ ਇਹ ਬੇਤਾਬ ਦੀ ਆ ਹਾਂਜੀ ਇਹ ਕਿੰਨੇ ਚਿਰ ਦੀ ਹੋ ਗਈ ਇਹ ਹੁਣ 16 ਮਹੀਨਿਆਂ ਦੀ ਹੋ ਗਈ ਜੀ ਸ਼ਰੀਫ ਬਹੁਤ ਆ ਬਹੁਤ ਜ਼ਿਆਦਾ ਜੀ ਬਹੁਤ ਸ਼ਰੀਫ ਜੀ ਤੇਰੇ ਡੈਡੀ ਦਾ ਬਹੁਤ ਕਰਦੀ ਆ ਹਨ ਹਾਂਜੀ ਇਹ ਸਾਰਿਆਂ ਦਾ ਇਹਦੇ ਨਾਲ ਬਹੁਤ ਪਿਆਰ ਹੈ ਜੀ ਲਾਡ ਨਾ ਜਿਵੇਂ ਬੱਚਿਆਂ ਵਾਂਗੂ ਹੁੰਦਾ ਵੀ ਚਲੋ ਕੋਈ ਵੱਡਾ ਉਹਨੂੰ ਆ ਕੇ ਖੜਾਵੇ ਜਾਂ ਚੁੱਕੇ ਇਹ ਉਦਾਂ ਉਹਦੇ ਨਾਲ ਲਾਡ ਸਾਰਿਆਂ ਨਾਲ ਬਹੁਤ ਕਰਦੀ ਹੈ ਜੀ ਤੇ ਹੁਣ ਤੱਕ ਸਾਡੇ ਕੋਲ ਜਿੰਨੀਆਂ ਵੀ ਮੇਰੇ ਖਿਆਲ ਨਾਲ ਘੋੜੀਆਂ ਨੇ ਜੀ ਸਭ ਤੋਂ ਸੋਹਣਾ ਸੁਭਾਅ ਇਹਦਾ ਹੈ ਜੀ ਇਹਦਾ ਅੱਛਾ ਇਹਦਾ ਸੁਭਾਅ ਬਹੁਤ ਜ਼ਿਆਦਾ ਇਹ ਉਹ ਆ ਤੇ ਆਹ ਆ ਗਈ ਮਾਰਵਾੜੀ ਹਾਂਜੀ ਮਾਰਵਾੜੀ ਤੇ ਫਿਰ ਇਹ ਪਹਿਲਾਂ ਹੀ ਦਿਮਾਗ 'ਚ ਸੀਗਾ ਕਿ ਮਾਰਵਾੜੀ ਤੇ ਨੁਕਰੇ ਦੋਨੇ ਰੱਖਣੇ ਨਹੀਂ ਜੀ ਕੁਦਰਤੀ ਜਿਵੇਂ ਨਾ ਮਤਲਬ ਕਹਿ ਲਓ ਕੋਈ ਪਹਿਲਾਂ ਅਸੀਂ ਪਲੈਨ ਕਰਕੇ ਨਹੀਂ ਸੀ ਚੱਲੇ ਕਿ ਜਿਵੇਂ ਆਪਾਂ ਇਕੱਲੇ ਨੁਕਰੇ ਹੀ ਰੱਖਣੇ ਨੇ ਜਾਂ ਇਕੱਲੇ ਮਾਰਵਾੜੀ ਰੱਖਣੇ ਕੋਈ ਪਹਿਲਾਂ ਪਲੈਨ ਨਹੀਂ ਸੀ ਪਰ ਜਿਵੇਂ ਜਿਵੇਂ ਤੁਰਦੇ ਗਏ ਉਵੇਂ ਸਬੱਬ ਨਵੇਂ ਤੋਂ ਨਵਾਂ ਬਣਦਾ ਗਿਆ ਉਸ ਹਿਸਾਬ ਨਾਲ ਹੀ ਫਿਰ ਇਹ ਐਡੀਸ਼ਨ ਹੋਈ ਸੀ ਜੀ ਤੇ ਆਹ ਕਿਹਦੀ ਹੈ ਇਹ ਭਾਜੀ ਅਸੀਂ ਰਾਜਸਥਾਨ ਤੋਂ ਹੁਣੇ ਲਿਆਂਦੀ ਹੈ ਤੇ ਇਹ ਰਾਈਡਿੰਗ ਵਾਸਤੇ ਅਸੀਂ ਲਿਆਂਦੀ ਸੀ ਇਹਦੀ ਲਾਈਨ ਅਨਨੋਨ ਹੈ ਭਾਜੀ ਇਹਦੀ ਸਾਨੂੰ ਲਾਈਨ ਨਹੀਂ ਪਤਾ ਜੀ ਤੇ ਹੁਣ ਨੂੰ ਕਿਸੇ ਦੀ ਵੀ ਹੋ ਸਕਦੀ ਹੈ ਪਰ ਸਾਨੂੰ ਆਈਡੀਆ ਨਹੀਂ ਹੈਗਾ ਇਹਦੀ ਲਾਈਨ ਦਾ 8 ਸਾਲ ਇਹਦੀ ਏਜ ਅਸੀਂ ਬੇਸਿਕਲੀ ਅਸੀਂ ਰਾਈਡਿੰਗ ਪਰਪਸ ਲਈ ਲਿਆਂਦੀ ਸੀ ਜੀ ਤੇ ਬੈਠਦੇ ਹਾਂ ਹਾਂਜੀ ਹਾਂਜੀ ਇਹ ਇੰਗਲਿਸ਼ ਰਾਈਡਿੰਗ ਬਹੁਤ ਵਧੀਆ ਕਰਾਉਂਦੀ ਹੈ ਜੀ ਟ੍ਰੌਟ ਕੈਂਟਰ ਵਾਲੀ ਹਾਂਜੀ ਤੇ ਉਹ ਅਸੀਂ ਇਹਦੇ ਤੇ ਕਰਦੇ ਹਾਂ ਰੈਗੂਲਰਲੀ ਇਹਨੂੰ ਹੁਣ ਅਸੀਂ ਗੱਬਣ ਕਰਾਇਆ ਜੀ ਗੀ ਤੋਂ ਕਰਾ ਲਈਏ ਇਹ ਸੁੰਦਰ ਦੇਵ ਤੋਂ ਗੱਬਣ ਹੋਈ ਹੈ ਜੀ ਉਹ ਹੁਣ ਮੇਰੇ ਖਿਆਲ ਨਾਲ ਅੰਮ੍ਰਿਤਸਰ ਭਿੰਡਰ ਸਾਹਿਬ ਕੋ ਚਲਾ ਗਿਆ ਉਹ ਵਿਕਟਰ ਦਾ ਜੀ ਤੇ ਵਿਕਟਰ ਸੀਗਾ ਸੁੰਦਰ ਦਾ ਅੱਛਾ ਵਿਕਟਰ ਸੀ ਸੁੰਦਰ ਸੁੰਦਰ ਦਾ ਜਿਹੜਾ ਅਤੀ ਸੁੰਦਰ ਦਾ ਪਿਓ ਦੇਵ ਦਰਬਾਰ ਦੇਵ ਦਰਬਾਰ ਜੀ ਦੇਵ ਦਰਬਾਰ ਲਾਈਨ ਉਹ ਇੱਕ ਆਪਾਂ ਕਹਿ ਸਕਦੇ ਕਿ ਨਵੀਂ ਲਾਈਨ ਆ ਹਾਂਜੀ ਹਨਾ ਵੀ ਆਪਣੇ ਤੂਫਾਨ ਚੱਲਦੀ ਆ ਤੇ ਆਹ ਇਹਦਾ ਨਾਂ ਹੈ ਜੀ ਹੀਰ ਤੇ ਇਹ ਹੈਗੀ ਹੈ ਜੀ 15 ਮਹੀਨਿਆਂ ਦੀ ਤੇ ਇਹ ਜਿਹੜਾ ਸੀਗਾ ਜੀ ਪਵਨ ਆਲੀਸ਼ਾਨ ਦਾ ਉਹ ਘੋੜੇ ਦੀ ਤਾਂ ਡੈਥ ਹੋ ਗਈ ਇਹ ਉਹਦੀ ਹੈ ਜੀ ਉਹਦੀ ਬੱਚੀ ਹਾਂਜੀ ਇਹ ਕਿੱਧਰੋਂ ਲਿਆ ਇਹ ਆਪਣੇ ਪੰਜਾਬ ਤੋਂ ਹੀ ਆਪਣੇ ਵੀਰ ਕੋਲੋਂ ਆਈ ਸੀਗੀ ਜੀ ਇਹ ਤਾਂ ਥੋੜੇ ਦੇਰ ਪਹਿਲਾਂ ਹੀ ਅਸੀਂ ਲਿਆਏ ਸੀ ਜੀ ਇਹ ਸਾਡਾ ਨਾ ਜੀ ਜਿਵੇਂ ਮਤਲਬ ਇਹਨੂੰ ਵੀ ਜਿਵੇਂ ਨਾ ਕੋਈ ਇੱਦਾਂ ਸੋਚ ਕੇ ਨਹੀਂ ਸੀ ਘਰੋਂ ਗਏ ਵੀ ਲੈਣੀ ਹੈ ਇਹ ਵੀ ਕੁਦਰਤੀ ਜਿਵੇਂ ਜਾ ਕੇ ਕਿਤੇ ਜਾਨਵਰ ਜਿਵੇਂ ਪਸੰਦ ਆ ਜਾਂਦਾ ਇਹ ਉਦਾਂ ਸਾਡਾ ਸਬੱਬ ਬਣਿਆ ਸੀ ਜੀ ਮੈਂ ਇੱਕ ਗੱਲ ਹੋਰ ਦੇਖੀ ਰਾਜਦੀਪ ਵੀ ਫਾਰਮ ਦੇ ਵਿੱਚ ਕਮਰੇ 6 ਹੀ ਆ ਹਾਂਜੀ ਮਤਲਬ ਪਲਾਨ 6 ਘੋੜੇ ਰੱਖਣ ਦਾ ਹੀ ਆ ਹਾਂਜੀ ਇਸ ਤੋਂ ਜ਼ਿਆਦਾ ਨਹੀਂ ਕਰਦਾ ਨਹੀਂ ਉਹ ਅੱਗੇ ਹੈ ਜੀ ਬਾਕੀ ਮਾਲਕ ਦੀ ਕਿਰਪਾ ਨਾਲ ਕੱਲ੍ਹ ਨੂੰ ਸਬੱਬ ਬਣਿਆ ਫਾਰਮ ਇੱਕ ਹੋਰ ਬਣ ਜੇ ਉਹ ਗੱਲ ਵੱਖਰੀ ਹੈ ਜੀ ਪਰ ਇਹ ਹੈ ਕਿ ਹੁਣ ਹਾਲ ਦੀ ਘੜੀ ਸਾਡਾ ਇਹ ਹੈ ਵੀ ਜਿੰਨੇ ਸਾਂਭੇ ਜਾਣ ਅਤੇ ਕੁਆਲਿਟੀ ਰੱਖਣ ਦਾ ਸਾਡਾ ਉਹ ਹੈ ਜੀ ਵੀ ਰੱਖੋ 6 ਪਰ ਰੱਖੀਏ ਵਧੀਆ ਕਿ ਕੋਈ ਆ ਕੇ ਕਵੇ ਵੀ ਯਾਰ ਦੇਖ ਕੇ ਰੂਹ ਖੁਸ਼ ਹੋ ਗਈ ਵੀ ਕੋਈ ਭੀੜ ਨਹੀਂ ਇਕੱਠੀ ਕਰਨੀ ਉਹ ਸਿੱਧੀ ਗੱਲ ਆ ਹੁਣ ਸਪਸ਼ਟ ਜੀ ਕਿ ਤੁਸੀਂ ਮੈਨੂੰ ਵੀਡੀਓ ਬਣਾਉਣ ਲਈ ਤਾਂ ਸੱਦਿਆ ਜੀ ਕਿ ਤੁਹਾਨੂੰ ਲੱਗਿਆ ਕਿ ਮੇਰੇ ਜਾਨਵਰ ਦਿਖਾਉਣ ਵਾਲੇ ਆ ਹਾਂਜੀ ਹਨਾ ਜੀ ਵੀ ਬੰਨ ਲਓ 40 ਜੀ ਫਿਰ ਕਹੋ ਯਾਰ ਉਹ ਨਹੀਂ ਦਿਖਾਉਣਾ ਹਾਂਜੀ ਹਾਂਜੀ ਉਹ ਤਾਂ ਕੋਈ ਫਾਇਦਾ ਨਹੀਂ ਜੀ ਐਵੇਂ ਭੀੜ ਨਹੀਂ ਇਕੱਠੀ ਕਰਨੀ ਜੀ ਅਗਰ ਰੱਖਾਂਗੇ ਭਾਵੇਂ 5-6 ਹੁਣ ਆਪਣੇ ਕੋਲ ਪਰ ਹੁਣ ਸਾਰੇ ਵਧੀਆ ਹਾਂ ਜੀ ਵੀ ਤੁਹਾਨੂੰ ਯਾਰ ਸੰਗ ਜੀ ਨਾ ਆਵੇ ਯਾਰ ਮੈਨੂੰ ਤੁਹਾਨੂੰ ਐਂ ਨਾ ਲੱਗੇ ਵੀ ਜੀ ਬਿਲਕੁਲ 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 ਵੀ ਇਹ ਮੈਨੂੰ ਐਵੇਂ ਲੱਗਦਾ ਕਿ ਇਹ ਜ਼ਿਆਦਾ ਜ਼ਰੂਰੀ ਆ ਜੀ ਵੀ ਜਿੰਨਾ ਰੱਖਣਾ ਹੈ ਤਾਂ ਸ਼ੌਂਕ ਹਾਂਜੀ 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 ਤੇ ਸ਼ੌਂਕ ਤਾਂ ਫਿਰ ਸ਼ੌਂਕ ਨਾਲ ਹੀ ਰੱਖਣਾ ਹਾਂ ਸ਼ੌਂਕ ਨਾਲ ਹੀ ਹਾਂਜੀ ਬਿਲਕੁਲ ਇਹ ਕਿਹਦੀ ਆ ਇਹਦਾ ਨਾਂ ਹੈ ਜੀ ਪਦਮਣੀ ਇਹ ਹੈਗੀ ਆ ਜ਼ੋਰਾਵਰ ਦੀ ਜ਼ੋਰਾਵਰ ਕਾਲੇ ਕਾਂਟੇ ਦਾ ਜੀ ਉਹ ਜਿਹੜਾ ਦਾਦ ਹੈਪੀ ਬਾਈ ਹੁਣਾਂ ਕੋਲੇ ਖੜਾ ਹੈ ਜ਼ੋਰਾਵਰ ਹਾਂਜੀ ਉਹਨਾਂ ਦੇ ਕੋਲੇ ਜ਼ੋਰਾਵਰ ਇਹ ਉਹਦੀ ਹੈ ਜੀ ਤੇ ਮਾਂ ਇਹਦੀ ਹੈਗੀ ਆ ਪਦਮਸ਼੍ਰੀ ਉਹ ਹੈਗੀ ਸੀ ਸ਼ੌਰਿਆ ਦੀ ਤੇ ਸ਼ੌਰਿਆ ਸੀਗਾ ਹੰਸਰਾਜ ਵਰਖਾਣਾ ਦਾ ਤੇ ਇਹ ਹੁਣ ਬਾਈ ਜੀ ਆਪਾਂ 10 ਕੁ ਦਿਨ ਹੀ ਹੋਏ ਹਾਂ ਜੇ ਆਪਾਂ ਦੇਵ ਤੋਂ ਕ੍ਰੋਸ ਕਰਾਈ ਹੈ ਜੀ ਦੇਵ ਘੋੜੇ ਤੋਂ ਆਪਣਾ ਜਿਹੜਾ ਮਨੂ ਸ਼ਰਮਾ ਜਿਹੜਾ ਮਨੂ ਬਾਈ ਹੋਣਾ ਕੋਲੇ ਹੈ ਉਹਦੇ ਤੋਂ ਕ੍ਰੋਸ ਕਰਾ ਲਈਏ ਹਾਂਜੀ ਮੈਂ ਇੱਕ ਗੱਲ ਹੋਰ ਦੇਖ ਲਈ ਰਾਜਦੀਪ ਯਾਰ ਤੁਸੀਂ ਉਹ ਬਹੁਤ ਇਕੱਠਾ ਕਰੀ ਫਿਰਦੇ ਆ ਪੱਤਰੀਆਂ
ਹਨਾ ਬਈ ਪੱਤਰੀ ਬੜੀ ਇਕੱਠੀ ਆ ਬਈ ਉਹ ਫਲਾਨਾ ਫਲਾਨੇ ਦਾ ਫਲਾਨਾ ਫਲਾਨੇ ਦਾ ਇਹ ਬੜਾ ਮਾਲਕ ਦੀ ਕਿਰਪਾ ਤੇਰੇ ਤੇ ਸ਼ੁਰੂ ਤੋਂ ਸ਼ੌਂਕ ਰਿਹਾ ਜੀ ਜਿਸ ਦਿਨ ਤੋਂ ਸਾਡੇ ਕੋਲ ਪਹਿਲੀ ਘੋੜੀ ਆਈ ਸੀ ਨਾ ਜੀ ਉਸ ਦਿਨ ਤੋਂ ਹੀ ਮਤਲਬ ਜਦੋਂ ਇੱਕ ਦੋ ਘੋੜੇ ਵਾਲਿਆਂ ਨੂੰ ਮੈਂ ਮਿਲਿਆ ਨਾ ਜੀ ਜਦੋਂ ਉਹਨਾਂ ਕੋਲ ਕਿਸੇ ਕੋਲ ਵੀ ਬੈਠੋ ਤੁਹਾਨੂੰ ਵੀ ਪਤਾ ਵੀ ਤਕਰੀਬਨ ਘੋੜੇ ਵਾਲਿਆਂ ਨੂੰ ਸਾਰੀ ਨੌਲੇਜ ਹੁੰਦੀ ਕਿਹੜਾ ਕਿੱਥੇ ਉਹ ਇੱਕ ਦੋ ਵਾਰੀ ਮੇਰੇ ਨਾਲ ਹੋਇਆ ਮੈਂ ਜਦੋਂ ਕਿਸੇ ਕੋਲੇ ਬੈਠਾ ਤਾਂ ਮੈਨੂੰ ਨਾ ਮੇਰੇ ਗੱਲਾਂ ਉੱਪਰੋਂ ਨਿਕਲ ਗਈਆਂ ਵੀ ਉਹ ਆਹ ਘੋੜਾ ਇਹਦੇ ਕੋਲ ਖੜਾ ਸੀ ਉੱਥੋਂ ਆਇਆ ਸੀ ਇਹਦਾ ਉਹਦੀ ਮਾਂ ਇਹਦਾ ਪਿਓ ਤੇ ਫਿਰ ਮੈਨੂੰ ਉੱਥੋਂ ਸ਼ੌਂਕ ਜਿਹਾ ਉੱਠਿਆ ਮੈਂ ਕਿਹਾ ਯਾਰ ਨਹੀਂ ਨੌਲੇਜ ਇਕੱਠੀ ਕਰੀਏ ਪਤਾ ਹੋਣਾ ਚਾਹੀਦਾ ਵੀ ਕਿਹੜੀ ਚੀਜ਼ ਕਿੱਥੋਂ ਹੈ ਉੱਥੋਂ ਫਿਰ ਭਾਅ ਜੀ ਇਹ ਸਾਰੀ ਨੌਲੇਜ ਇਕੱਠੀ ਕੀਤੀ ਸੀ ਰਾਜਦੀਪ ਇਹਦੇ ਪਿੱਛੇ ਨਾ ਇੱਕ ਆਏ ਨੀ ਕਿ ਇਕੱਲਾ ਵੀ ਇਹ ਨੌਲੇਜ ਇਕੱਲੀ ਉੱਦਾਂ ਹੈ ਇਹ ਨੌਲੇਜ ਨਾ ਸੋਹਣਿਆ ਬਰੀਡਿੰਗ ਲਈ ਬਹੁਤ ਹਾਂਜੀ ਮੇਰਾ ਨਾ ਜੀ ਮੈਂ ਤੁਹਾਨੂੰ ਦੱਸਾਂ ਮੇਰਾ ਨਾ ਪਰਪਸ ਵੀ ਇਹੀ ਹੈ ਕਿ ਬਰੀਡਿੰਗ ਅਸੀਂ ਮੇਰਾ ਬੇਸਿਕ ਪਰਪਸ ਹੀ ਬਰੀਡਿੰਗ ਹੈ ਕਿ ਅਸੀਂ ਵਧੀਆ ਬਰੀਡਿੰਗ ਕਰਨੀ ਹੈ ਉਹਦੇ ਵਿੱਚ ਵੀ ਇਹ ਹੈ ਕਿ ਬਰੀਡਿੰਗ ਅਸੀਂ ਕਰਨੀ ਹੈ ਨੌਲੇਜ ਨਾਲ ਵੀ ਐਂ ਮਤਲਬ ਮੈਂ ਤਾਂ ਚਾਹੁੰਦਾ ਵੀ ਜਿਵੇਂ ਆਪਣੇ ਕਹਿੰਦੇ ਨੇ ਕਿ ਚਾਰ ਜਾਂ ਪੰਜ ਪੁਸ਼ਤਾਂ ਛੱਡ ਕੇ ਆਪਾਂ ਇਨਬਰੀਡ ਕਰ ਸਕਦੇ ਹਾਂ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਉਹ ਵੀ ਅਵੋਇਡ ਕਰਾਂ ਵੀ ਜਿੰਨੀ ਘੋੜੇ ਨੂੰ ਦੇਖ ਕੇ ਅਤੇ ਘੋੜੀ ਨੂੰ ਆਪਸ 'ਚ ਮਤਲਬ ਜਿਹੜੀ ਮੇਰੀ ਕੈਲਕੂਲੇਸ਼ਨ ਦੇ ਅਕੋਰਡਿੰਗ ਮੈਂ ਸੋਚ ਸਕਦਾ ਵੀ ਯਾਰ ਘੋੜੇ ਦੇ ਕਰੈਕਟਰਿਸਟਿਕ ਆਹ ਨੇ ਘੋੜੀ ਦੇ ਆਹ ਨੇ ਇਹਨਾਂ ਨੂੰ ਮਿਲਾ ਕੇ ਆਹ ਹੋ ਸਕਦਾ ਉਸ ਤਰੀਕੇ ਨਾਲ ਆਪਾਂ ਇਨਬਰੀਡਿੰਗ ਦਾ ਕੰਮ ਨਾ ਕਰੀਏ ਆਪਾਂ ਵੱਖਰੀਆਂ ਲਾਈਨਾਂ ਦੇ ਵਿੱਚ ਜਾਈਏ ਕਰੈਕਟਰਿਸਟਿਕ ਘੋੜੇ ਨੂੰ ਦੇਖ ਕੇ ਆਪਾਂ ਘੋੜੀਆਂ ਦੇ ਨਾਲ ਮੈਚ ਕਰਕੇ ਉਹਨਾਂ ਨੂੰ ਕ੍ਰੋਸ ਕਰਾਈਏ ਫਿਰ ਹੀ ਭਾਅ ਜੀ ਮੈਨੂੰ ਲੱਗਦਾ ਵੀ ਕੋਈ ਨਵੀਂ ਬਰੀਡ ਤਿਆਰ ਹੋ ਸਕਦੀ ਹੈ ਨਵੇਂ ਸੁਧਾਰ ਹੋ ਸਕਦੇ ਨੇ ਤਾਂ ਇਹ ਮੇਰਾ ਇੱਕ ਪਰਪਸ ਜ਼ਰੂਰ ਹੈਗਾ ਜੀ ਨਹੀਂ ਇਹ ਤੇਰੀ ਗੱਲ ਸੁਣਿਆ ਬਹੁਤ ਸਿਆਣੀ ਆ ਜੀ ਜਿੰਨੀ ਵੀ ਬਰੀਡ ਅਸਲ ਦੇ ਵਿੱਚ ਸੁਧਰੀ ਆ ਸੁਧਾਰ ਆਉਂਦਾ ਤਾਂ ਉਹ ਐਵੇਂ ਆਉਂਦਾ ਜਿਹੜੀ ਫੀਚਰ ਯਾਰ ਆਪਾਂ ਨੂੰ ਲੱਗਦਾ ਕਿ ਇਹਦੇ ਖਾਨਦਾਨ 'ਚ ਆਹ ਹੈ ਨਹੀਂ ਗਾ ਇਹਦੇ ਮਦਰ ਖਾਨਦਾਨ 'ਚ ਵੀ ਆਹ ਹੈ ਨਹੀਂ ਗਾ ਇਹ ਫਲਾਨਿਆਂ 'ਚ ਬਹੁਤ ਆ ਜੀ ਹਨਾ ਮੰਨ ਲਓ ਆਪਣੇ ਜਿਹੜੇ ਹੁਣ ਪੰਜਾਬ ਨਸਲ ਆ ਮੱਝੂਕੇ ਆਪਾਂ ਨੂੰ ਪਤਾ ਵੀ ਮੱਝੂਕੇ 'ਚ ਮਜ਼ਬੂਤੀ ਬਹੁਤ ਹਨਾ ਵੀ ਆਪਾਂ ਨੂੰ ਕਿਸੇ 'ਚ ਮਜ਼ਬੂਤੀ ਦੇਣੀ ਹੈ ਤਾਂ ਆਪਾਂ ਨੂੰ ਉਹਦੇ ਨਾਲ ਵੀ ਜਾਣਾ ਪਊਗਾ ਬਿਲਕੁਲ ਬਿਲਕੁਲ ਬਈ ਕਿਸੇ ਤੋਂ ਆਪਾਂ ਨੂੰ ਗਰਦਨ ਲੈਣੀ ਪਊਗੀ ਕਿਸੇ ਤੋਂ ਕੰਨ ਲੈਣੇ ਪੈਣਗੇ ਹਨਾ ਜੇ ਆਪਾਂ ਨੁਕਰੇ ਦੀ ਗੱਲ ਕਰੀਏ ਤਾਂ ਨੁਕਰਾ ਪਹਿਲਾਂ ਦੇਖ ਲਾ ਆਪਣੇ ਵਾਲਿਆਂ ਨੇ ਰੰਗ ਸਿੰਧੀ 'ਚੋਂ ਕੱਢ ਕੇ ਲਿਆਂਦਾ ਹਾਂਜੀ ਨੁਕਰੇ ਰੰਗ ਨੁਕਰਾ ਪਹਿਲਾਂ ਮਾਰਵਾੜੀ ਕਾਠਿਆਵਾੜੀ ਸਟਰਕਚਰ ਦੇ ਵਿੱਚ ਹੀ ਹੈ ਨਹੀਂ ਸੀ ਹਾਂਜੀ ਬਿਲਕੁਲ ਤਾਂ ਇਹਨੂੰ ਕਾਠਿਆਵਾੜੀ ਤੇ ਮਾਰਵਾੜੀ ਸਟਰਕਚਰ ਦੇ ਵਿੱਚ ਤੁਸੀਂ ਦੇਖ ਲਓ ਕਿਵੇਂ ਲੈ ਕੇ ਆਏ ਵੀ ਬੰਦੇ ਇਦਾਂ ਹੀ ਇਦਾਂ ਹੀ ਹੈ ਜੀ ਬਿਲਕੁਲ ਬਾਕੀ ਉਹੀ ਹੈ ਨਾ ਜੀ ਮੈਨੂੰ ਲੱਗਦਾ ਬਾਕੀ ਚਲੋ ਦੇਣਾ ਤਾਂ ਮਾਲਕ ਦੇ ਹੱਥ ਆ ਉਹ ਮੇਰੇ ਕੰਟਰੋਲ 'ਚ ਨਹੀਂ ਕੋਈ ਵੀ ਬਰੀਡਰ ਨਹੀਂ ਕਹਿ ਸਕਦਾ ਵੀ ਮੈਂ ਇੱਦਾਂ ਦਾ ਬੱਚਾ ਮੈਂ ਜੰਮ ਲੂੰਗਾ ਉਹ ਮਾਲਕ ਦੇ ਹੱਥ ਹੈ ਪਰ ਇਹ ਵੀ ਜਿਹੜੀਆਂ ਚੀਜ਼ਾਂ ਮੇਰੇ ਕੰਟਰੋਲ 'ਚ ਨੇ ਕਿ ਘੋੜੀ ਨੂੰ ਦੇਖਣਾ ਅਤੇ ਘੋੜੇ ਦੇ ਕਰੈਕਟਰਿਸਟਿਕ ਨੂੰ ਦੇਖ ਕੇ ਮੈਂ ਕੈਲਕੂਲੇਟ ਕਰਾਂ ਕਿ ਹਾਂ ਯਾਰ ਇਹਦੇ ਵਿੱਚ ਆਹ ਚੀਜ਼ ਹੈ ਇਹਦੇ 'ਚ ਆਹ ਹੈ ਅਤੇ ਬੱਚਾ ਇੱਦਾਂ ਦਾ ਆ ਸਕਦਾ ਉਹ ਅਸੀਂ ਜ਼ਰੂਰ ਕਰਾਂਗੇ ਕੋਸ਼ਿਸ਼ ਤਾਂ ਕਰ ਸਕਦੇ ਹਾਂ ਇੱਕ ਵਾਰੀ ਨਹੀਂ ਦੂਜੀ ਵਾਰ ਨਹੀਂ ਬਿਲਕੁਲ ਬਿਲਕੁਲ ਦੂਜੀ ਵਾਰ ਹੁਣ ਜਿਵੇਂ ਕਿਤੇ ਆਊਗੀ ਜਿੰਨੀਆਂ ਵੀ ਭਾਜੀ ਘੋੜੀਆਂ ਨੇ ਸਾਡੀਆਂ ਜਿਹੜੀਆਂ ਵੀ ਮੇਟ ਹੋਈਆਂ ਨੇ ਉਹ ਜਿੰਨਾ ਕਿ ਚਲੋ ਮੈਨੂੰ ਜਿੰਨੀ ਕੁ ਨੌਲੇਜ ਹੈ ਅਸੀਂ ਉਹ ਨੌਲੇਜ ਦੇ ਹਿਸਾਬ ਨਾਲ ਅਸੀਂ ਉਦਾਂ ਦੇ ਘੋੜਿਆਂ ਤੋਂ ਕ੍ਰੋਸ ਕਰਾਈਆਂ ਨੇ ਜੀ ਜਿਵੇਂ ਇਹਦੇ 'ਚ ਮੰਨ ਲਓ ਇਹ ਥੋੜ੍ਹੀ ਇਹਦੀ ਘੱਟ ਕੰਡੀਸ਼ਨ ਵਧੀਆ ਬਰੀਕੀ ਇਹਦੇ 'ਚ ਜ਼ਿਆਦਾ ਅਤੇ ਵੀ ਜਿਵੇਂ ਦੇਵ ਹੈ ਉਹਦੇ 'ਚ ਮਜ਼ਬੂਤੀ ਵੀ ਬਹੁਤ ਚੰਗੀ ਹੈ ਅਤੇ ਵੀ ਇਹਦਾ ਅਤੇ ਦੇਵ ਦਾ ਕੋਂਬੀਨੇਸ਼ਨ ਹੈ ਕਿ ਬੱਚਾ ਮਜ਼ਬੂਤ ਵੀ ਆ ਜਾਊਗਾ ਅਤੇ ਹਾਈਟ ਵਾਲਾ ਵੀ ਆ ਜਾਊਗਾ ਤਾਂ ਇਹ ਥੋੜ੍ਹਾ ਜਿਹਾ ਜਿਵੇਂ ਇੱਦਾਂ ਕੈਲਕੂਲੇਸ਼ਨ ਅਸੀਂ ਕੀਤੀਆਂ ਸੀ ਜ਼ਰੂਰ ਹਾਂ ਨਹੀਂ ਉਹ ਇਹ ਵੀ ਦੇਖੋ ਇਹ ਬਰੀਡਿੰਗ 'ਚ ਇਹ ਵੀ ਹੋ ਜਾਂਦਾ ਹੁੰਦਾ ਕਿ ਦੋਨਾਂ ਦੇ ਮਾੜੇ ਗੁਣ ਵੀ ਚੱਕ ਸਕਦਾ ਹਾਂਜੀ 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 ਕੁਛ ਵੀ ਹੋ ਸਕਦਾ ਜੀ ਦੋਨਾਂ ਦੇ ਚੰਗੇ ਵੀ ਚੱਕ ਸਕਦਾ ਬਿਲਕੁਲ ਹਨਾ ਤੇ ਇਸੇ ਚੀਜ਼ ਨੂੰ ਹੀ ਵਿਕਾਸ ਕਹਿੰਦੇ ਆ ਜੀ 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 ਬਿਲਕੁਲ ਮਾੜਾ ਵੀ ਹੁੰਦਾ ਕੁਛ ਚੰਗਾ ਵੀ ਹੁੰਦਾ ਬਿਲਕੁਲ ਜੀ ਬਿਲਕੁਲ ਤੇ ਚੰਗਾ ਰੱਖ ਲਿਆ ਜਾਂਦਾ ਮਾੜਾ ਛੱਡ ਦਿੱਤਾ ਜਾਂਦਾ ਬਿਲਕੁਲ ਇਹੀ ਹੁੰਦਾ ਜੀ ਜੀ ਪਰ ਮੈਨੂੰ ਲੱਗਦਾ ਵੀ ਤੂੰ ਇਸ ਮਸਲੇ ਤੇ ਸਮਝ ਚੰਗੀ ਰੱਖਦਾ ਸੋਹਣਿਆ ਮੈਨੂੰ ਇਹ ਚੀਜ਼ ਚੰਗੀ ਲੱਗੀ ਇੱਕ ਮੈਂ ਤੁਹਾਡੇ ਫਾਰਮ ਦੇ ਨਾ ਸਾਹਮਣੇ ਤੁਹਾਡੇ ਫਾਰਮ ਤੋਂ ਬਾਹਰਲੀ ਗੱਲ ਕਰ ਰਿਹਾ ਸੀ ਪ੍ਰੀਤ ਮਾੜਾ ਜਿਹਾ ਦੀ ਕੈਮਰੇ ਦੀ ਨਾ ਉਹ ਕਰਾ ਲਈ ਘਟਾ ਲਈ ਉਹ ਬ੍ਰਾਈਟਨੈਸ ਜੀ ਜੀ ਉਹ ਤੁਹਾਡੀ ਸਾਰੀ ਕੰਧ ਤੇ ਨਾ ਉਹ ਬੜਾ ਕੁਛ ਲਿਖਿਆ ਹੋਇਆ ਫਾਰਮਿੰਗ ਬਾਰੇ ਊੜਾ ਆੜਾ ਜੀ ਬੜਾ ਕੁਛ ਲਿਖਿਆ ਉਹ ਕਾਹਤੋਂ ਲਿਖਿਆ ਯਾਰ ਮੈਨੂੰ ਉੱਥੇ ਖੜੇ ਨੂੰ ਗੱਲ ਕਰਦੇ ਨੂੰ ਵੀ ਰੜਕੀ ਜਾਂਦੀ ਸੀ ਗੱਲ ਉਹ ਇਹ ਵੀ ਨਾ ਜੀ ਇਹ ਸਾਡਾ ਲੋਕਡਾਊਨ ਤੋਂ ਪਹਿਲਾਂ ਹੀ ਇਹ ਵੀ ਪਾਪਾ ਦਾ ਹੀ ਆਈਡੀਆ ਸੀਗਾ ਵੱਡੇ ਪਾਪਾ ਦਾ ਅਤੇ ਪਾਪਾ ਦਾ ਆਈਡੀਆ ਸੀਗਾ ਜੀ ਅਤੇ ਇਹ ਵੀ ਅਸੀਂ ਲੋਕਡਾਊਨ ਤੋਂ ਪਹਿਲਾਂ ਹੀ ਕੀਤਾ ਸੀ ਜੀ ਜਿਵੇਂ ਆਪਣੇ ਨਾ ਕਿਸਾਨੀ ਅੰਦੋਲਨ ਤੋਂ ਬਾਅਦ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਹੋਈ ਕਿਸਾਨੀ ਨੂੰ ਲੈ ਕੇ ਵੀ ਹਾਂ ਵੀ ਪ੍ਰਾਊਡ ਟੂ ਬੀ ਅ ਫਾਰਮਰ ਅਸੀਂ ਵੀ ਕਿਸਾਨ ਹਾਂ ਸਾਡੇ ਤਾਂ ਜੀ ਅਸੀਂ 2019 ਦੇ ਵਿੱਚ ਹੀ ਇਹ ਸਾਰਾ ਕੁਛ ਕਰਤਾ ਸੀ ਤੁਸੀਂ ਦੇਖੋ ਜਗ੍ਹਾ ਜਗ੍ਹਾ 'ਤੇ ਬੋਰਡ ਲੱਗੇ ਨੇ ਕਿਸਾਨੀ ਦੇ ਅਤੇ ਪ੍ਰਾਊਡ ਟੂ ਬੀ ਅ ਫਾਰਮਰ ਸਾਡੀਆਂ
ਗੱਡੀਆਂ ਦੇ ਪਿੱਛੇ 2019 'ਚ ਸਟਿੱਕਰ ਲੱਗ ਗਏ ਸੀ ਪ੍ਰਾਊਡ ਟੂ ਬੀ ਅ ਫਾਰਮਰ ਅਤੇ ਖੇਤ ਦੇ ਵਿੱਚ ਭਾਅ ਜੀ ਇਹ ਬੋਰਡ ਲਾਉਣ ਦਾ ਸਾਡਾ ਮਕਸਦ ਇਹ ਸੀ ਤੁਸੀਂ ਦੇਖੋ ਉੱਥੇ ਤੁਸੀਂ ਵੱਟ ਦੇ ਨਾਲ ਨਾਲ ਜਾਓਗੇ ਪੰਜਾਬੀ ਦੀਆਂ ਨਾ ਬਹੁਤ ਸੋਹਣੀਆਂ ਸੋਹਣੀਆਂ ਕਹਾਵਤਾਂ ਨਾਲ ਅਸੀਂ ਲਿਖ ਕੇ ਲਾਈਆਂ ਖੇਤ ਚੱਜ ਨਾ ਵਾਹਿਆ ਹੋਵੇ ਚੰਗਾ ਸੁਨੇਹਾ ਦਿੰਦਾ ਉਹ ਤਾਂ ਸੀਗਾ ਵੀ ਮੰਨ ਲਓ ਜਦੋਂ ਕੋਈ ਇੱਥੇ ਅਸੀਂ ਵੀ ਮੰਨ ਲਓ ਖੇਤ ਦੇ ਵਿੱਚ ਕਦੇ ਜਾਈਏ ਜਾਂ ਕੋਈ ਹੋਰ ਆਵੇ ਇੱਕ ਚੰਗਾ ਮੈਸੇਜ ਮਿਲੇ ਜੀ ਕਿਉਂਕਿ ਜਿਵੇਂ ਆਉਂਦਾ ਨਾ ਵੀ ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਉਹਦੇ ਇਨਵਾਇਰਮੈਂਟ ਤੋਂ ਕਦੋਂ ਕੁਛ ਨਾ ਕੁਛ ਬੰਦੇ ਨੂੰ ਕੁਛ ਸਿੱਖਣ ਨੂੰ ਮਿਲ ਜਾਂਦਾ ਕਿਸੇ ਚੀਜ਼ ਤੋਂ ਬੰਦਾ ਪ੍ਰਭਾਵਿਤ ਹੋ ਜਾਂਦਾ ਤਾਂ ਉਸ ਚੀਜ਼ ਵਾਸਤੇ ਸੀਗਾ ਕਿ ਇੱਕ ਪੋਜ਼ਿਟਿਵ ਮੈਸੇਜ ਜਾਵੇ ਅਤੇ ਇੱਕ ਚੰਗਾ ਮੈਸੇਜ ਹੋਵੇ ਤੁਸੀਂ ਸਟਾਰਟਿੰਗ ਦੇ ਵਿੱਚ ਦੇਖੋਗੇ ਤਾਂ ਉੱਥੇ ਪੰਜਾਬੀ ਉਰਦੂ ਅਤੇ ਇੰਗਲਿਸ਼ ਅਤੇ ਹਿੰਦੀ ਦੇ ਅੱਖਰ ਵੀ ਲੱਗੇ ਹੋਏ ਨੇ ਜੀ ਉੱਥੇ ਮਾਂ ਬੋਲੀ ਵਾਲਾ ਲਾਇਆ ਹੋਇਆ ਜੀ ਫਿਰ ਚੰਗੀਆਂ ਕਹਾਵਤਾਂ ਲੱਗੀਆਂ ਨੇ ਜੀ ਫਿਰ ਉਹ ਉੱਧਰ ਥੋੜ੍ਹਾ ਜਿਹਾ ਚੱਲ ਜਾਓਗੇ ਤਾਂ ਖੇਤੀ ਵਾਲੀਆਂ ਫੋਟੋਆਂ ਸਾਰੀਆਂ ਲੱਗੀਆਂ ਨੇ ਜੀ ਉਹ ਐਂਡ ਵਾਲੇ ਪਾਸੇ ਸ਼ਹੀਦ ਭਗਤ ਸਿੰਘ ਦੀ ਫੋਟੋ ਵੀ ਸਾਰਿਆਂ ਦੀ ਲੱਗੀ ਹੋਈ ਹੈ ਅਤੇ ਖੇਤ ਦੇ ਵਿੱਚ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਕਹਾਵਤਾਂ ਪੰਜਾਬੀਆਂ ਵਾਲੀਆਂ ਲੱਗੀਆਂ ਨੇ ਮੈਂ ਮੈਨੂੰ ਐਂ ਲੱਗਦਾ ਵੀ ਜੇ ਕੋਈ ਤੁਹਾਡੇ ਵੱਟ ਲੰਘੂਗਾ ਕੋਈ ਵੀ ਬੰਦਾ ਤੁਰਿਆ ਜਾਂਦਾ ਤੁਹਾਡੇ ਖੇਤ ਦੀ ਵੱਟ ਲੰਘੂਗਾ ਜੀ ਅਤੇ ਉਹ ਵੱਟ ਤੋਂ ਕੋਈ ਗੱਲ ਪੜ ਗਿਆ ਹਾਂਜੀ ਅਤੇ ਕੀ ਪਤਾ ਕਿਸੇ 'ਤੇ ਕੀ ਅਸਰ ਹੋ ਜਾਂਦਾ ਜੀ ਬਿਲਕੁਲ ਬਿਲਕੁਲ ਕੀ ਪਤਾ ਰਾਜਦੀਪ ਕਦੋਂ ਕਿਸੇ ਦਾ ਮਾਨ ਮੋਮ ਬਣਿਆ ਹੋਇਆ ਜੀ ਅਤੇ ਕੀ ਪਤਾ ਕਦੋਂ ਤੁਹਾਡੇ ਅੱਖਰਾਂ ਨੇ ਉਹਨੂੰ ਕੀ ਸੈਂਚਾ ਦੇ ਦੇਣਾ ਬਿਲਕੁਲ ਜੀ ਇਸੇ ਪਰਪਸ ਵਾਸਤੇ ਜੀ ਇਹ ਸਾਰਾ ਕੁਛ ਅਸੀਂ ਕੀਤਾ ਹੈ ਨਾ ਵੀ ਕੀ ਪਤਾ ਯਾਰ ਕਦੋਂ ਕਿਸੇ ਦਾ ਮਨ ਇੰਨਾ ਪਗੜਿਆ ਹੋਇਆ ਜੀ ਕਿ ਮੂਹਰਲੇ ਪਾਸੇ ਸਾਂਚਾ ਹੋਇਆ ਅਤੇ ਉਹ 'ਚ ਹੀ ਫਿੱਟ ਹੋ ਗਿਆ ਜੀ ਆਪਾਂ ਨੂੰ ਕੀ ਪਤਾ ਇਸ ਗੱਲ ਜੀ ਕਿ ਕਿਸੇ ਦੇ ਸ਼ਬਦ ਹੀ ਕਿਸੇ 'ਚ ਬਦਲਾਅ ਲਿਆਉਂਦੇ ਯਾਰ ਦੇਖੋ ਆਪਾਂ ਜੀ ਇਤਿਹਾਸ ਵੀ ਪੜ੍ਹੀਏ ਸੋਹਣਿਆ ਹੈ ਨਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰੂ ਸਾਹਿਬ ਦੇ ਸ਼ਬਦ ਹੀ ਸੀਗੇ ਬਿਲਕੁਲ ਕਿ ਜਿਹਨਾਂ ਨੇ ਉਹ ਸ਼ਬਦਾਂ ਨਾਲ ਹੀ ਤਬਦੀਲ ਹੋ ਗਈ ਬਿਲਕੁਲ ਹੈ ਨਾ ਜੇ ਆਪਾਂ ਰੈਵੋਲਿਊਸ਼ਨ ਸ਼ੁਰੂ ਹੀ ਇੱਥੋਂ ਕਲਮ ਤੋਂ ਹੁੰਦੀ ਹੈ ਜੀ ਸ਼ਬਦਾਂ ਤੋਂ ਸ਼ੁਰੂ ਹੁੰਦੀ ਹੈ ਜੀ ਪਿੱਛੇ ਆਪਾਂ ਦੇਖਦੇ ਹਾਂ ਬਿਲਕੁਲ ਬਿਲਕੁਲ ਹੈ ਨਾ ਅਤੇ ਜਦੋਂ ਆਪਾਂ ਗੱਲ ਕਰੀਏ ਔਰੰਗਜ਼ੇਬ ਨੂੰ ਗੁਰੂ ਸਾਹਿਬ ਨੇ ਜ਼ਫਰਨਾਮਾ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਜੀ ਅਤੇ ਸ਼ਬਦ ਹੀ ਸੀਗੇ ਬਿਲਕੁਲ ਸੀ ਤਾਂ ਸ਼ਬਦ ਹੀ ਸ਼ਬਦ ਹੀ ਸੀਗੇ ਮਤਲਬ ਹੈ ਨਾ ਵੀ ਸ਼ਬਦ ਬਹੁਤ ਬਹੁਤ ਵੱਡਾ ਇੰਪੈਕਟ ਪੈਂਦਾ ਜੀ ਇਹਨਾਂ ਦਾ ਮਤਲਬ ਚਾਹੇ ਸਬਕੌਂਸ਼ੀਅਸਲੀ ਪਵੇ ਪਰ ਬਹੁਤ ਵੱਡਾ ਇੰਪੈਕਟ ਹੈ ਜੀ ਇਹਨਾਂ ਗੱਲਾਂ ਦਾ ਤੇ ਨੰਬਰ 2 ਤੇ ਜੇ ਨਹੀਂ ਵੀ ਪਊਗਾ ਤਾਂ ਜਾਂਦਾ ਵੀ ਕੀ ਜੀ ਜਾਂਦਾ ਵੀ ਜੇ ਚੰਗਾ ਨਹੀਂ ਤਾਂ ਨੁਕਸਾਨ ਵੀ ਕੋਈ ਨਹੀਂ ਹਾਂ ਹੋਮੋਪੈਥੀ ਆ ਦੇਤੀ ਤਾਂ ਠੀਕ ਆ ਲੱਗ ਗਈ ਤਾਂ ਲੱਗ ਗਈ ਤੇ ਨਹੀਂ ਸਾਈਡ ਇਫੈਕਟ ਕੋਈ ਨਹੀਂ ਜੀ ਬਿਲਕੁਲ ਬਹੁਤ ਚੰਗਾ ਲੱਗਿਆ ਰਾਜਦੀਪ ਆਪਾਂ ਮੈਂ ਸੱਜਣਾ ਨੂੰ ਇੱਕ ਬੇਨਤੀ ਕਰਦਾ ਕਿ ਇੱਕ ਵੀਡੀਓ ਹੋਰ ਆ ਰਹੀ ਆ ਕਿਉਂਕਿ ਇਹ ਬੰਦਿਆਂ ਦੀ ਕਹਾਣੀ ਨੂੰ ਇੱਕ ਵੀਡੀਓ ਦੇ ਵਿੱਚ ਬਿਆਨਣਾ ਮੁਸ਼ਕਲ ਆ ਉਹ ਵੀਡੀਓ ਹੋਰ ਆ ਰਹੀ ਆ ਉਹਦਾ ਇੰਤਜ਼ਾਰ ਕਰਿਓ ਉਹ ਵੀਡੀਓ 'ਚ ਤੁਹਾਨੂੰ ਮਿਲੂਗਾ ਕਿ ਅੱਜ ਤੁਹਾਨੂੰ ਮੈਂ ਇਹ ਦਿਖਾਇਆ ਕਿ ਇਹ ਕਾਮਯਾਬ ਆ ਪਰ ਕਿਉਂ ਕਾਮਯਾਬ ਆ ਕੀ ਚੀਜ਼ਾਂ ਕਿ ਕਿਸੇ ਬੰਦੇ ਨੂੰ ਕਾਮਯਾਬ ਕਹਿੰਦੀਆਂ ਅਸਲ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਮੁੱਕਦੀ ਕੋਈ ਪੈਸੇ ਦੀ ਕੋਈ ਸੀਮਾ ਨਹੀਂ ਕਿ ਜਿੱਥੇ ਜਾ ਕੇ ਇਹ ਕਿਹਾ ਜਾ ਸਕੇ ਕਿ ਕਾਮਯਾਬ ਆ ਜੀ ਕਾਮਯਾਬ ਕਿਸੇ ਬੰਦੇ ਨੂੰ ਉਦੋਂ ਕਿਹਾ ਜਾਂਦਾ ਹੈ ਕਿ ਜਦੋਂ ਉਹ ਸੰਤੁਸ਼ਟ ਆ ਉਹ 500 ਤੇ ਵੀ ਹੋ ਸਕਦਾ 500,000 ਤੇ ਵੀ ਹੋ ਸਕਦਾ 5 ਕਰੋੜ ਤੇ ਵੀ ਹੋ ਸਕਦਾ ਪਰ ਮੈਂ ਇਸ ਫੈਮਿਲੀ ਨੂੰ ਜੋ ਪਾਇਆ ਬੈਠ ਕੇ ਕਿ ਸੰਤੁਸ਼ਟ ਫੈਮਿਲੀ ਹੈ ਇਸ ਕਰਕੇ ਮੈਂ ਇਹਨਾਂ ਨੂੰ ਕਾਮਯਾਬ ਫੈਮਿਲੀ ਮੰਨਦਾ ਜੀ ਪਰ ਇਹ ਕਾਮਯਾਬ ਕਿਉਂ ਆ ਇਹ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਊਂਗਾ ਜਿਉਂਦੇ ਵੱਸਦੇ ਰਹੋ ਬਹੁਤ ਬਹੁਤ ਧੰਨਵਾਦ